ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰੇ ਵੀਰਾਂ ਦਾ ਅੱਜ ਦੀ ਵੀਡੀਓ ਦੇ ਵਿੱਚ ਸੱਜਣੋ ਆਪਾਂ ਤੁਹਾਨੂੰ ਤਿੰਨ ਜਾਨਵਰ ਦਿਖਾਉਣੇ ਆ ਅੱਗੇ ਸਾਰਿਆਂ ਦੀ ਜਿਹੜੀ ਡਿਟੇਲ ਆ ਆਪਾਂ ਤੁਹਾਡੇ ਨਾਲ ਸਾਂਝੀ ਕਰਨੀ ਆ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਨਵੇਂ ਵੀਰ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੋਸਤੋ ਸੋ ਆ ਤੁਸੀਂ ਜਿਹੜੀ ਸਕਰੀਨ ਤੇ ਦੇਖ ਰਹੇ ਹੋ ਦੋਸਤੋ ਵਸ਼ੇਰੀ ਹੈ ਇਹਦੀ ਉਮਰ 21 ਮਹੀਨੇ ਦੱਸੀ ਹੈ ਬਾਈ ਹੁਣਾਂ ਨੇ ਤੇ ਹਾਈਟ ਹੈ ਜਿਹੜੀ ਇਹਦੀ 57 ਪਲੱਸ ਦੱਸੀ ਹੈ ਦੋਸਤੋ ਮੱਥੇ ਦੇ ਪਟਾ ਤੇ ਦੋ ਪੈਰੇ ਦੇ ਜਿਹੜੇ ਚਿੱਟੇ ਐ ਮੂਹਰੇ ਪੈਰ ਐ ਜਿਹੜੇ ਉਹ ਥੋੜੇ ਜੇ ਬਾਈ ਹੁਣਾਂ ਨੇ ਦੱਸਿਆ ਵੀ ਫਿਰੇ ਹੋਏ ਵੇ ਐ ਬਾਕੀ ਜਿਆਦਾ ਡਿਟੇਲ ਐ ਜਿਹੜੀ ਤੁਸੀਂ ਬਾਈ ਹੁਣਾਂ ਦੇ ਨਾਲ ਸੰਪਰਕ ਕਰਕੇ ਉਹਨਾਂ ਤੋਂ ਲੈ ਲਿਓ ਨੰਬਰ ਜਿਹੜਾ ਵੀਰਾਂ ਦਾ ਸਕਰੀਨ ਤੇ ਲੱਗਾ ਹੋਇਆ ਮੁੱਲੇ ਦਾ ਜਿਹੜਾ ਬਾਈ ਹੁਣੀ 80000 ਰੁਪਇਆ ਕਰਦੇ ਆ ਦੋਸਤੋ ਬਾਕੀ ਮੌਕੇ ਤੇ ਜਿਹੜੇ ਸੱਜਣ ਕੋਈ ਜਾਊਗਾ ਉਹਦਾ ਮਾਨਤਨ ਜ਼ਰੂਰ ਕੀਤਾ ਜਾਊਗਾ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਖੜੀ ਐ ਇਹ ਦੋਸਤ ਦੂਜੇ ਨੰਬਰ ਤੇ ਹਾਂ ਦੋਸਤੋ ਆ ਇੱਕ ਹੋਰ ਜਾਨਵਰ ਐ ਇਹ ਬਸ਼ੇਰਾ ਐ ਦੋਸਤੋ ਸੰਭਾਵ ਵਸ਼ੇਰਾ ਹੀ ਕਹਿ ਸਕਦੇ ਆ ਇਹ ਪੱਖੋ ਵਾਲ ਪੰਡ ਹੈ ਬਾਈ ਹੁਣਾਂ ਦਾ ਲੁਧਿਆਣਾ ਜ਼ਿਲ੍ਹੇ ਚ ਜਿਹੜਾ ਇਹ ਜਿੱਥੇ ਵਸ਼ੇਰਾ ਇਹ ਖੜਾ ਹੈ 6 ਕੁ ਮਹੀਨੇ ਦੀ ਉਮਰ ਦੱਸੀ ਆ ਬਾਈ ਹੁਣਾਂ ਨੇ ਤੇ ਮੁੱਲ ਹੈ ਜਿਹੜਾ ਇਹਦਾ 30000 ਰੁਪਇਆ ਕਰਦੇ ਆ ਬਾਕੀ ਮੌਕੇ ਤੇ ਮਾਨਤਾਣ ਵੀ ਕਰਨਗੇ ਨੰਬਰ ਜਿਹੜਾ ਵੀਰਾਂ ਦਾ ਸਕਰੀਨ ਤੇ ਲੱਗਾ ਹੋਇਆ ਦੋਸਤੋ ਜਿਆਦਾ ਜਾਣਕਾਰੀ ਆਸਤੇ ਤੁਸੀਂ ਬਾਈ ਹੁਣਾਂ ਦੇ ਨਾਲ ਸੰਪਰਕ ਕਰ ਲਿਓ ਉਹਨਾਂ ਤੋਂ ਡਿਟੇਲ ਜੜੀ ਲੈ ਲਿਓ ਸੋ ਤੀਸਰੇ ਨੰਬਰ ਤੇ ਦੋਸਤੋ ਇੱਕ ਹੋਰ ਆ ਵਸ਼ੇਰਾ ਹੈ ਨੁਕਰਾ ਵਸ਼ੇਰਾ ਹੈ ਦੋਸਤੋ ਇਹ ਜਿਹੜਾ ਚੰਗਾ ਸੋਹਣਾ ਬਸ਼ੀਰਾ ਸੋਹਣਾ ਚੰਗੇ ਕੰਨ ਕਨੋਤੀ ਵਾਲਾ 21-22 ਮਹੀਨੇ ਦੀ ਉਮਰ ਬਾਈ ਹੁਣਾਂ ਨੇ ਦੱਸੀ ਐ ਇਸ ਟਾਈਮ ਤੇ ਤੇ ਹਾਈਟ ਐ ਜਿਹੜੀ ਇਹਦੀ 60 ਇੰਚ ਐ ਇਹ ਅਬੋਰ ਬਲੱਡ ਲਾਈਨ ਦਾ ਬੱਚਾ ਐ ਦੋਸਤੋ ਜਿਹੜਾ ਵੱਡ ਖਾਣੇ ਘੋੜੇ ਦਾ ਬੱਚਾ ਐ ਇਹ ਅਬੋਰ ਬਲੱਡ ਲਾਈਨ ਦਾ ਐ ਬਿਲਕੁਲ ਸਪੋਰਟਲੈਸ ਆ ਬਾਈ ਹੁਣਾਂ ਨੇ ਦੱਸਿਆ ਸਾਫ਼ ਐ ਪੂਰੀ ਤਰ੍ਹਾਂ ਬਾਕੀ ਕੰਨ ਕਨੋਤੀ ਦਾ ਸ਼ਕੀਨ ਐ ਸੱਜਰੋ ਸੋ ਪਿੰਡ ਬਾਈ ਹੁਣਾਂ ਦਾ ਤੂਰਕੋਟ ਐ ਬਰਨਾਲੇ ਜ਼ਿਲ੍ਹੇ ਦਾ ਜਿੱਥੇ ਬੱਚਾ ਖੜਾ ਹੈ ਨੰਬਰ ਜਿਹੜਾ ਬਾਈ ਹੁਣਾ ਦਾ ਸਕਰੀਨ ਤੇ ਲੱਗਾ ਹੋਇਆ ਦੋਸਤੋ ਮੁੱਲ ਹੈ ਜਿਹੜਾ ਇਹਦਾ ਬਾਈ ਹੁਣਾ ਨੇ ਮੌਕੇ ਤੇ ਫੋਨ ਤੇ ਕਰਨਾ ਹੈ ਜਿਆਦਾ ਜਾਣਕਾਰੀ ਆਸਤੇ ਤੁਸੀਂ ਬਾਈ ਹੁਣਾ ਦੇ ਨਾਲ ਗੱਲਬਾਤ ਕਰ ਲਿਓ ਦੋਸਤੋ ਸੋ ਜਿੰਨੀ ਕੀ ਜਾਣਕਾਰੀ ਮੈਨੂੰ ਮਿਲਦੀ ਹੈ ਸਜਣੋ ਉਹ ਤੁਹਾਡੇ ਨਾਲ ਮੈਂ ਸਾਂਝੀ ਕਰ ਲੈਣਾ ਉਹਨੂੰ ਵੈਰੀਫਾਈ ਕਰ ਲਿਆ ਕਰੋ ਉਹਦੀ ਜਾਂਚ ਪੜਤਾਲ ਕਰ ਲਿਆ ਕਰੋ ਉਹ ਤੁਹਾਡੀ ਜ਼ਿੰਮੇਵਾਰੀ ਹੈ ਤੁਸੀਂ ਆਪ ਦੇ ਤਰੀਕੇ ਨਾਲ ਕਰ ਲਿਆ ਕਰੋ ਸੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਜੇ ਕਿਸੇ ਜਾਨਵਰ ਦੀ ਤੁਸੀਂ ਐਡ ਇਸ ਚੈਨਲ ਤੇ ਲਵਾਉਣੀ ਹੈ ਤਾਂ ਮੇਰੇ ਨਾਲ ਵੀ ਇਸ ਨੰਬਰ ਤੇ ਗੱਲ ਕਰ ਸਕਦੇ ਆ ਤੁਸੀਂ ਸੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ